ਮੇਕੋ ਗੁਰਸਿੱਖਾਂ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਸ਼ਿਕਾਇਤ ਕਰਤਾ ਮੈਂ ਬੜਾ ਹਰਾਲ ਹੋ ਰਿਹਾ ਵੀਡੀਓ ਵੇਖ ਕੇ ਇੱਕ ਪਾਸੇ ਤਾਂ ਇਹ ਡੁਪਲੀਕੇਟ ਭਾਈ ਸਾਹਿਬ ਕਹਿ ਰਿਹਾ ਕਿ ਯਾਰ ਉਹ ਬੰਦਾ ਮੈਂਟਲੀ ਅਨਸਟੇਬਲ ਹੈ ਭਾਈ ਜੇ ਤੇ ਉਹ ਮੈਂਟਲੀ ਅਨਸਟੇਬਲ ਹੈ ਫਿਰ ਇਹਨੇ ਤਾਂ ਥੋੜਾ ਵੀ ਤਰਸ ਚਾਹੀਦਾ ਨਾ ਤੁਹਾਨੂੰ ਤਰਸ ਕਰਨਾ ਚਾਹੀਦਾ ਉਹਦੇ ਤੇ ਫਿਰ ਮੈਂਟਲੀ ਅਨਸਟੇਬਲ ਬੰਦੇ ਦਾ ਕਿਉਂ ਰਿਐਕਸ਼ਨ ਦੇ ਰਹੇ ਹੋ ਚਲੋ ਤੁਸੀਂ ਰਿਐਕਸ਼ਨ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਤਾਂ ਮੈਂ ਸੰਗਤ ਨੂੰ ਲੈਂਦੇ ਵੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ ਚ ਇਹ ਕੰਮ ਕਰ ਕਿ ਜੋ ਕੱਲ ਕੀਤਾ ਗਿਆ ਕਿਸੇ ਗੁਰਸਿੱਖ ਨੂੰ ਨਹੀਂ ਸੋਪਦਾ ਇਹ ਅਹੰਕਾਰੀ ਨੇ ਇਹ ਢੋਂਗੀ ਨੇ ਮੇਰੀ ਗੱਲ ਦਾ ਕੋਈ ਗੁੱਸਾ ਕਰ ਜੇ ਮੈਂ ਅੱਜ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ ਕਿਉਂਕਿ ਜਿਹੜਾ ਗੁਰੂ ਦਾ ਸੇਖਾ ਗੁਰਨਾਨਕ ਨਾਮ ਲੇਵਾ ਹੈ ਗੁਰੂ ਸਾਹਿਬ ਦਾ ਭੈ ਮੰਨਦਾ ਫੇਰ ਉਹ ਮੇਰੀ ਸੱਚੀ ਸਰਕਾਰ ਨੂੰ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਨੂੰ ਝੂਠੀ ਸਰਕਾਰ ਦੇ ਥਾਣੇ 'ਚ ਲਜਾਉਣ ਦੀ ਲੋੜ ਨਾ ਪੈਂਦੀ ਉਹ ਸੱਚੀ ਸਰਕਾਰ ਦੇ ਦਰਵਾਜ਼ੇ ਰਾਜਨ ਕੇ ਰਾਜਾ ਦੇ ਦਰਵਾਜ਼ੇ ਤੇ ਮਹਾਰਾਜਨ ਕੇ ਮਹਾਰਾਜਾ ਦੇ ਦਰਵਾਜ਼ੇ 'ਚ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲੋਕ ਚੱਲ ਕੇ ਆਉਂਦੇ ਆ ਲੋਕ ਕਰੋੜਾਂ ਦੇ ਹਿਸਾਬ ਨਾਲ ਅਰਬਾਂ ਦੇ ਹਿਸਾਬ ਨਾਲ ਨੱਥਮਸਤਕ ਹੋ ਕੇ ਗੁਰੂ ਦੀ ਅਸੀਸ ਲੈ ਕੇ ਜਾਂਦੇ ਆ ਔਰ ਵੇਖੋ ਪਰਸਨਲ ਲੜਾਈ ਦੋ ਤਰ੍ਹਾਂ ਦੀ ਪਰਸਨਲ ਲੜਾਈ ਉਸ ਪਰਸਨਲ ਲੜਾਈ ਚ ਕੌਣ ਸੱਚਾ ਕੌਣ ਝੂਠਾ ਮੈਂ ਹਲੇ ਉਸ ਗੱਲ ਦੀ ਟਿੱਪਣੀ ਚ ਨਹੀਂ ਜਾ ਰਿਹਾ ਮਗਰ ਉਸ ਪਰਸਨਲ ਲੜਾਈ ਚ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ ਲਈ ਤੇ ਕੱਲ ਜਿਹੜਾ ਦੂਜਾ ਧਿਰ ਆ ਫਿਰ ਫਿਰ ਕੱਲ ਜੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਥਾਣੇ ਨੂੰ ਚੜਾਈ ਕਰ ਗਿਆ ਫਿਰ ਕੀ ਕਰੂਗੀ ਸਰਕਾਰ ਕੀ ਇਹਦੇ ਨਾਲ ਗੁਰੂ ਦਾ ਸਤਕਾਰ ਕੋਈ ਵੱਧ ਰਿਹਾ ਨਹੀਂ ਭਾਈ ਇਹ ਹੰਕਾਰ ਹੈ ਔਰ ਜੋ ਸ਼ਬਦਾਵਲੀ ਜੋ ਭਾਸ਼ਾ ਕੱਲ ਵਰਤੀ ਗਈ ਹੈ ਜਿੱਥੇ ਪਤਾ ਨਹੀਂ ਐਨਾ ਝੂਠ ਬੋਲਿਆ ਗਿਆ ਕਿ ਜਿੱਦਾ ਕੋ ਹਿਸਾਬ ਕਿਤਾਬ ਹੀ ਕੋਈ ਨਹੀਂ ਹੁਣ ਦੋ ਤਿੰਨ ਆ ਮੈਂ ਵੀਡੀਓ ਤੁਸੀਂ ਚਾਹਨਾ ਜਿਹੜੀ ਗੱਲ ਮੈਂ ਬਾਰ-ਬਾਰ ਕਹਿ ਰਿਹਾ ਆਪਦੇ ਨਿੱਜੀ ਸਵਾਰਥਾਂ ਵਾਸਤੇ ਆਪਦੇ ਨਿੱਜੀ ਮਫਾਦਾ ਵਾਸਤੇ ਆਪਣੀ ਨਿੱਜੀ ਲੜਾਈ ਨੂੰ ਵਧਾਉਣਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਨਹੀਂ ਆੜ ਲਈ ਗਈ ਓਟ ਆਸਰਾ ਹੁੰਦਾ ਤੇ ਅਰਦਾਸ ਬੇਨਤੀ ਕਰਕੇ ਜਾਂਦੇ ਕਿ ਸੱਚੇ ਪਾਤਸ਼ਾਹ ਜਿੱਤ ਸੱਚ ਦੀ ਹੋਵੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਜਿੱਤ ਸੱਚ ਦੀ ਸਦਾ ਹੀ ਹੋਣੀ ਆ ਮਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿੱਥੇ ਲੋਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਕਿਸੇ ਦੇ ਘਰ ਚ ਜਾਂ ਕਿਸੇ ਦੇ ਮਹੱਲੇ ਚ ਜਾਂ ਕਿਸੇ ਕੋਈ ਪ੍ਰੋਗਰਾਮ ਹੋਵੇ ਨਾ ਲੋਕ ਪਹਿਲਾਂ ਫੁੱਲਾਂ ਪਹਿਲਾਂ ਪਾਣੀ ਨਾਲ ਝਾੜੂ ਨਾਲ ਸੜਕਾਂ ਦੀ ਸਫਾਈ ਕਰਦੇ ਆ ਫੁੱਲਾਂ ਦੀ ਦਾਲ ਛੇਜ ਪੂਰੀਆਂ ਸੜਕਾਂ ਤੇ ਫੁੱਲ ਪਛਾ ਦਿੰਦੇ ਆ ਕਿ ਮੇਰੇ ਮਹਾਰਾਜ ਨੇ ਟੱਪਣਾ ਮੇਰੇ ਮਾਲਕ ਨੇ ਟੱਪਣਾ ਮੇਰੇ ਗੁਰੂ ਨੇ ਇਥੋਂ ਲੰਘਣਾ ਤੇ ਸਾਧ ਸੰਗਤ ਜੀ ਕੱਲ ਕੀ ਕੀਤਾ ਜਾ ਰਿਹਾ ਸੀ ਕਿ ਇਹ ਗੱਲ ਕਿਸੇ ਗੁਰਸਿੱਖ ਨੂੰ ਕਿਸੇ ਪੰਜਾਬੀ ਨੂੰ ਐ ਸ਼ੋਭਦੀ ਆ ਔਰ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਰਾਉਣ ਵਾਲੇ ਇਹ ਇਹ ਸਰਕਾਰਾਂ ਕਰਾਰੀਆਂ ਨੇ ਔਰ ਇਹ ਸਿਰਫ ਤੇ ਸਿਰਫ ਕੀ ਇਹਦਾ ਪੋਲਿਟੀਕਲ ਫਾਇਦਾ ਹੋਵੇ ਪੋਲਿਟিক্যাল ਫਾਇਦਾ ਤਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਮਗਰ 80 ਤੇ 90 ਵਾਲੇ ਦਿਹਾਕੇ ਜਰੂਰ ਮੁੜਦਾ ਲਿਆਇਓ ਉਹ ਹਾਲਾਤ ਨਾ ਪਹਿਜਾ ਕਰ ਦਿਓ ਫੇਰ ਤੋਂ ਅੱਜ ਜਰੂਰ ਲੱਗਦਾ ਇਹ ਗੱਲ ਮੇਰੀ ਗੱਲ ਤਾਂ ਕਹਿਣਾ ਜਸੋਜੀ ਨੇ ਹਿੰਦੂ ਸਿੱਖ ਗੱਲ ਬਣਾਤੀ ਕਿਸੇ ਜਾ ਕੇ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਪੁੱਛ ਲਿਓ ਜਿਹਦੇ ਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਹੀਂ ਹੈ ਜਿਹਦੇ ਚ ਮੈਂ ਹਾਂ ਮੈਂ ਉਹਦੀ ਗੱਲ ਨਹੀਂ ਕਰ ਸਕਦਾ ਜੀਦੇ ਚ ਹੰਕਾਰ ਆ ਮੈਂ ਉਹਦੀ ਗੱਲ ਨਹੀਂ ਕਰ ਸਕਦਾ ਮਗਰ ਜੇ ਕਿਸੇ ਵੀ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜੇ ਇਸ ਗੱਲ ਨੂੰ ਚੰਗਾ ਨਹੀਂ ਕਹੂਗਾ ਕਿ ਦੇ ਮੈਨੂੰ ਆਪਦੀ ਜ਼ਿੰਦਗੀ ਚ ਰਣ ਭੂਮੀ ਦੀਆਂ ਗੱਲਾਂ ਕਰਦੇ ਤਾਂ ਜੰਮੇ ਵੀ ਨਹੀਂ ਸੀ ਜੀ ਉਸ ਵੇਲੇ ਰਣ ਭੂਮੀ ਚ ਵੀ ਜਦੋਂ ਉਦੋਂ ਦੇ ਕੀ ਹਾਲਾਤ ਸੀ ਕਿਸੇ ਨੂੰ ਨਹੀਂ ਪਤਾ ਮਗਰ ਆਪਦੀ ਜ਼ਿੰਦਗੀ ਚ ਤੁਸੀਂ ਕਦੇ ਵੇਖਿਆ ਕਿ ਥਾਣੇ ਤੇ ਚੜਾਈ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ ਲਈ ਗਈ ਹੋਵੇ ਔਰ ਉਹ ਥਾਣਾ ਕਿਹੜਾ ਜਿੱਥੇ ਇੱਕ ਸ਼ਰਾਬੀ ਵੀ ਪਿਆ ਹੁੰਦਾ ਜਿੱਥੇ ਕੋਈ ਅਮਲ ਕਰਨ ਵਾਲਾ ਵੀ ਪਿਆ ਹੁੰਦਾ ਜਿੱਥੇ ਕੁੱਕੜ ਖਾਨ ਵਾਲਾ ਵੀ ਪਿਆ ਹੁੰਦਾ ਉੱਥੇ ਜਾ ਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਜਾਣਾ ਕੀ ਇਹ ਬੇਅਤ ਵੀ ਨਹੀਂ ਹੋਈ ਕੀ ਇਹ ਬੇਇਨਸਾਫੀ ਨਹੀਂ ਹੋਈ ਕੀ ਇਹ ਤੁਸੀਂ ਗੁਰੂ ਦੇ ਸੱਚੀ ਸਤਕਾਰ ਕੀਤਾ ਕਿ ਤੁਸੀਂ ਗੁਰੂ ਦਾ ਕੱਲਾ ਤੇ ਕੱਲਾ ਆਪਣੇ ਨਿੱਜੀ ਫਾਇਦੇ ਵਾਸਤੇ ਗੁਰੂ ਦੀ ਆੜ ਲਈਏ ਇਸ ਗੱਲ ਦਾ ਜਵਾਬ ਦੇਣਾ ਪੈਣਾ ਮੈਨੂੰ ਪਤਾ ਆਬ ਮੇਰੀ ਗੱਲ ਦਾ ਮੈਨੂੰ ਕੋਈ ਇਸ ਗੱਲ ਦਾ ਭੁਲੇਖਾ ਨਹੀਂ ਆ ਦੋ ਚਾਰ ਪੰਜ ਥੱਲੇੋਂ ਬੜੀਆਂ ਜਿਹੜੀਆਂ ਇਹ ਜੇ ਚਾਹੁੰਦੇ ਨਾ ਪੰਜਾਬ ਨੂੰ ਲਾਂਭੂ ਲਾਉਣਾ ਜਿਹੜੇ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਉਹਨਾਂ ਨੇ ਮੈਨੂੰ ਬਹੁਤ ਢੇਰ ਸਾਰੀਆਂ ਗੱਲਾਂ ਥੱਲੇ ਆਪਦੇ ਪੇਜ ਤੇ ਲਿਖਣੀਆਂ ਭਾਈ ਮਰ ਜੂ ਜਿਹੜੀ ਮਰਜੀ ਗੋਲੀ ਮਾਰ ਦਿਓ ਮਗਰ ਮਰਨਾ ਤਾਂ ਸਭ ਨੇ ਆ ਰੋਜ਼ ਰੋਜ਼ ਤਾਂ ਨਾ ਨਾ ਮਰੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਹੋਣ ਦੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆੜਤੇ ਜੋ ਪੋਲਿਟਿਕਸ ਚੱਲ ਰਹੀ ਹੈ ਉਹ ਤਾਂ ਉਹ ਗੁਰੂ ਅੱਗੇ ਆਪਾਂ ਕੀ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਜਦ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤੇ ਭਾਈ ਉਹ ਪੁਲਿਸ ਵਾਲਿਆਂ ਦੀ ਭਲਾ ਨਹੀਂ ਮੰਗਦੇ ਤੁਸੀਂ ਫਿਰ ਵਿਰੋਧੀ ਦਾ ਭਲਾ ਨਹੀਂ ਮੰਗਦੇ ਤੁਸੀਂ ਔਰ ਤੁਸੀਂ ਉਸ ਗੁਰੂ ਨੂੰ ਵਰਤਦੇ ਹੋ ਆਪਣੇ ਲਈ ਚੈੱਕ ਕਰਾਉਣਾ ਪੈਣਾ ਕਿ ਅਸਲੀ ਹੈ ਕਿ ਡੁਪਲੀਕੇਟ